ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਕੰਪੀਟਿਟਿਵ ਐਗਜ਼ਾਮ ਨੇ ਉਹਨਾਂ ਨੂੰ ਟਾਰਗੇਟ ਰੱਖਦੇ ਹੋਏ ਪੰਜਾਬ ਜੀਕੇ ਦੇ ਕੁਝ ਮਹੱਤਵਪੂਰਨ ਐਮਸੀਕਿਊ ਡਿਸਕਸ ਕਰਾਂਗੇ ਇੱਕ ਇੱਕ ਕੁਐਸਚਨ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਮਹੱਤਵਪੂਰਨ ਰਹੇਗਾ ਇਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਰਿਕਵੈਸਟ ਹੈ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਅਤੇ ਐਂਡ ਤੱਕ ਜਰੂਰ ਦੇਖਣਾ ਹੈ। ਬਾਕੀ ਜਿਹੜੇ ਵੀ ਵਿਦਿਆਰਥੀ ਆਪਣੇ ਇਸਤਾਨੇ ਤੇ ਨਵੇਂ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲਦਾ ਰਹੇ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਕੋਲ ਜੀਕੇ ਦੇ ਨੋਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰਨਾ ਹੈ 95173 डबल 4 54 हां जी ਇਸ ਨੰਬਰ ਤੇ ਜਾਂ ਤਾਂ ਕਾਲ ਕਰਨਾ ਹੈ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਜਿੰਨੇ ਵੀ ਆਪਾਂ ਨੋਟਸ ਰੈਡੀ ਕੀਤੇ ਨੇ ਪੰਜਾਬ ਜੀਕੇ ਦੇ ਰਿਗਾਰਡਿੰਗ ਇੰਡੀਆਨ ਪੋਲੀਟੀਕਲ ਦੇ ਰਿਗਾਰਡਿੰਗ ਹਿਸਟਰੀ ਜਾਂ ਹੋਰ ਵੀ ਕੋਈ ਸਬਜੈਕਟ ਹੈ ਤਾਂ ਸਾਰੀ ਡਿਟੇਲ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਜਾਂ ਤੁਸੀਂ ਮੈਸੇਜ ਕਰਨਾ ਹੈ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇਕਰ ਕੰਟੈਂਟ ਤੁਹਾਨੂੰ ਵਧੀਆ ਲੱਗਦਾ ਤਾਂ ਫਿਰ ਤੁਸੀਂ ਆਪਣੇ ਜਿਹੜੇ ਨੋਟਸ ਹਨ ਉਹਨਾਂ ਨੂੰ ਪੁੱਲ ਕੇ ਵੀ ਨਹੀਂ ਛੱਡਣਾ ਤਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਕੁਸ਼ਣ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਆ ਚੰਡੀਗੜ੍ਹ ਦੇ ਵਿੱਚ ਠੀਕ ਹੈ ਇਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਤੁਹਾਨੂੰ ਪਤਾ ਹੈ ਪੰਜਾਬ ਯੂਨੀਵਰਸਿਟੀ ਦੀ ਇੱਥੇ ਸਥਾਪਨਾ ਦੀ ਗੱਲ ਕੀਤੀ ਚੱਲੀ ਹੈ ਇੱਥੇ ਇਹ ਮੈਂਸ਼ਨ ਨਹੀਂ ਕੀਤਾ ਗਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਇੱਥੇ ਸਿਰਫ ਇੱਕ ਗੱਲ ਮੈਂਸ਼ਨ ਕੀਤੀ ਵੀ ਆ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਤਾਂ ਇਹ ਕੀਤੀ ਗਈ ਸੀ 1882 ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਕਿਉਂਕਿ ਪੰਜਾਬ ਯੂਨੀਵਰਸਿਟੀ ਜਿਹੜੀ ਸੀਗੀ ਇਹ ਪਹਿਲਾਂ ਦਾ ਹੌਰ ਦੇ ਵਿੱਚ ਪੈਂਦੀ ਸੀ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਚੰਡੀਗੜ੍ਹ ਵਿਖੇ ਲਿਆਂਦਾ ਗਿਆ ਸੀ ਤਾਂ ਇਸ ਪੁਆਇੰਟ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਇਹੀ ਕੁਸ਼ਨ ਪੇਪਰ ਵਿੱਚ ਬੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ 1882 ਨੈਕਸਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਬਣੇ ਸਨ ਤਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਜਿਹੜੀ ਹੈਗੀ ਚੰਡੀਗੜ੍ਹ ਵਿਖੇ ਆ ਤਾਂ ਇਹਦੇ ਪਹਿਲੇ ਮੁੱਖ ਜੱਜ ਬਣੇ ਸਨ ਜਸਟਿਸ ਰਾਮ ਲਾਲ ਸੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਸੀ ਹਾਂਜੀ ਇਹ ਜਿਹੜਾ ਕੁਐਸਚਨ ਹੈ ਬਹੁਤ ਔੜਾ ਐਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਸੋ ਧਿਆਨ ਵਿੱਚ ਰੱਖਣਾ ਹੈ ਨੈਕਸਟ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਅਨੰਦਪੁਰ ਸਾਹਿਬ ਦਾ ਉਪਨਾਮ ਨਹੀਂ ਹੈ ਚਿੱਟਾ ਸ਼ਰ ਗੁਰੂ ਕੀ ਕਾਸ਼ੀ ਮੱਖੋਵਾਲ ਜਾਂ ਚੱਕ ਨਾਨਕੀ ਤਾਂ ਤੁਹਾਨੂੰ ਪਤਾ ਹੋਵੇਗਾ ਗੁਰੂ ਕੀ ਕਾਸ਼ੀ ਕਿਆ ਚੰਦਾ ਹੈ ਤਲਵੰਡੀ ਸਾਬੋ ਨੂੰ ਤਾਂ 20 ਬਿਲਕੁਲ ਸਹੀ ਆਨਸਰ ਬਣੇਗਾ ਪੰਜਾਬ ਦਾ ਚਿੱਟਾ ਸ਼ਰਵੀ ਸ੍ਰੀ ਅਨੰਦਪੁਰ ਸਾਹਿਬ ਨੂੰ ਕਿਆ ਚੰਦਾ ਹੈ ਠੀਕ ਹੈ ਮੱਖੋਵੜਵੀ ਕਿਆ ਚੰਦਾ ਹੈ ਐਡ ਚੱਕ ਨਨਕੀ ਵੀ ਕਿਆ ਚੰਦਾ ਸਭ ਤੋਂ ਪਹਿਲਾ ਨੇਮ ਸੀਗਾ ਸ੍ਰੀ ਅਨੰਦਪੁਰ ਸਾਹਿਬ ਦਾ ਚੱਕ ਨਨਕੀ ਠੀਕ ਹੈ ਐਡ ਜੇਕਰ ਆ ਸ੍ਰੀ ਅਨੰਦਪੁਰ ਸਾਹਿਬ ਦੀ ਆਪਾਂ ਗੱਲ ਕਰੀਏ ਤਾਂ ਇਸ ਸ਼ਹਿਰ ਦੀ ਸਥਾਪਨਾ ਹੁੰਦੀ ਹੈ 1665 ਦੇ ਵਿੱਚ ਕਦੋਂ 1665 ਦੇ ਵਿੱਚ ਇਸ ਸ਼ahr ਦੀ ਸਥਾਪਨਾ ਕੀਤੀ ਜਾਂਦੀ ਹੈ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਇੱਥੇ ਬੀ ਬਿਲਕੁਲ ਸਹੀ ਆਨਸਰ ਬਣੇਗਾ ਗੁਰੂ ਕੀ ਕਾਸ਼ਿ ਕਹਿੰਦਾ ਟਰਵੰਟੀ ਸਾਬ ਨੂੰ ਜਾਨ ਦਮਦਮਾ ਸਾਬ ਨੂੰ ਨੈਕਸਟ ਪੰਜਾਬ ਦਾ ਸਭ ਤੋਂ ਸੁੰਦਰ ਸ਼ਹਿਰ ਕਿਹੜਾ ਹੈ ਹਾਂਜੀ ਆ ਜਿਹੜਾ ਕੋਸ਼ਨ ਹੈ ਇਹ ਇੱਕ ਦੋ ਵਾਰ ਰਿਪੀਟ ਵੀ ਹੋ ਚੁੱਕਿਆ ਹੈ ਜਿਹੜੇ ਪੰਜਾਬ ਪੁਲਿਸ ਦੇ ਪੇਪਰ ਹੋਏ ਸਨ ਪਿਛਲੇ ਠੀਕ ਹੈ ਤਾਂ ਉਹਨਾਂ ਵਿੱਚ ਹੀ ਕੁਐਸਚਨ ਪੁੱਛਿਆ ਗਿਆ ਸੀ ਇੱਕ ਵਾਰ ਤਾਂ ਇੱਥੇ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ یعنی ਮੁਹਾਲੀ ਠੀਕ ਹੈ ਪੰਜਾਬ ਦਾ ਸਭ ਤੋਂ ਸੁੰਦਰ ਸ਼ਹਿਰ ਹੈਗਾ ਮੁਹਾਲੀ ਚੰਡੀਗੜ੍ਹ ਤੁਹਾਨੂੰ ਪਤਾ ਹੈ ਇਹ ਇੱਕ ਯੂਟੀਆ ਠੀਕ ਹੈ ਇਹ ਪੰਜਾਬ ਦੀ ਕੈਪੀਟਲ ਹੈਗੀ ਹੈ ਇਸ ਕਰਕੇ ਚੰਡੀਗੜ੍ਹ ਸ਼ਹਿਰ ਜਿਹੜਾ ਪੰਜਾਬ ਦੇ ਵਿੱਚ ਨਹੀਂ ਆਉਂਦਾ ਇਹ ਪੰਜਾਬ ਤੋਂ ਬਾਹਰ ਵਰ ਆਉਂਦਾ ਤਾਂ ਪੰਜਾਬ ਦਾ ਸਭ ਤੋਂ ਸੁੰਦਰ ਸ਼ਹਿਰ ਪੁੱਛ ਲਿਆ ਜਾਵੇ ਤਾਂ ਪੇਪਰ ਵਿੱਚ ਹਮੇਸ਼ਾ ਤੁਸੀਂ ਆਨਸਰ ਟਿੱਕ ਕਰਕੇ ਆਉਣਾ ਹੈ ਮੁਹਾਲੀ ਠੀਕ ਹੈ ਬੀ ਬਿਲਕੁਲ ਇੱਥੇ ਸਹੀ ਆਨਸਰ ਬਣੇਗਾ ਮੁਹਾਲੀ ਜਿਹੜਾ ਸ਼ਹਿਰ ਹੈਗਾ ਠੀਕ ਆ ਇਸ ਨੂੰ ਸਾਬ ਜਦਾ ਅਜੀਤ ਸਿੰਘ ਨਗਰ ਵੀ ਕਿਹਾ ਜਾਂਦਾ ਤਾਂ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਵੀ ਮੁਹਾਲੀ ਸ਼ਹਿਰ ਨੂੰ ਹੀ ਕਿਹਾ ਜਾਂਦਾ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਬੀ ਇੱਥੇ ਕਰੈਕਟ ਆਨਸਰ ਬਣੇਗਾ ਨੈਕਸਟ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਜ਼ਿਲ੍ਹਾ ਕਿਹੜਾ ਹੈ ਜਲੰਧਰ ਅੰਮ੍ਰਿਤਸਰ ਲੁਧਿਆਣਾ ਜਾਂ ਪਟਿਆਲਾ ਤਾਂ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਜ਼ਿਲ੍ਹਾ ਪੁੱਛ ਲ ਜਾਵੇ ਤਾਂ ਪੇਪਰ ਵਿੱਚ ਆਨਸਰ ਤੁਸੀਂ ਟਿਕ ਕਰ ਕਾਉਣਾ ਹੈ ਲੁਧਿਆਣਾ ਠੀਕ ਹੈ ਸੀ ਬਿਲਕੁਲ ਸਹੀ ਆਨਸਰ ਬਣੇਗਾ ਪੰਜਾਬ ਦੀ ਆਰਥਿਕ ਕੈਪੀਟਲ ਵੀ ਲੁਧਿਆਣਾ ਹੈ ਪੰਜਾਬ ਦਾ ਮਾਨਚੈਸਟਰ ਵੀ ਲੁਧਿਆਣਾ ਸ਼ਹਿਰ ਨੂੰ ਹੀ ਕਿਹਾ ਜਾਂਦਾ ਹੈ ਹੌਜਰੀ ਦਾ ਸਭ ਤੋਂ ਵੱਡਾ ਉਦਯੋਗ ਕਿੱਥੇ ਤਾਂ ਇਹ ਵੀ ਲੁਧਿਆਣੇ ਦੇ ਵਿੱਚ ਹੈ ਐਂਡ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਜ਼ਿਲ੍ਹਾ ਕਿਹੜਾ ਤਾਂ ਉਹ ਵੀ ਲੁਧਿਆਣਾ ਹੀ ਤੁਸੀਂ ਪੇਪਰ ਵਿੱਚ ਆਨਸਰ ਟਿੱਕ ਕਰਕੇ ਆਉਣਾ ਹੈ ਸੀ ਬਿਲਕੁਲ ਸਹੀ ਆਨਸਰ ਬਣੇਗਾ ਸਾਈਕਲ ਬਣਾਉਣ ਦਾ ਸਭ ਤੋਂ ਵੱਡਾ ਕਾਰਖਾਨਾ ਵੀ ਕਿੱਥੇ ਹੈ ਇਹ ਵੀ ਲੁਧਿਆਣੇ ਦੇ ਵਿੱਚ ਹੈ ਤਾਂ ਜਿੰਨੇ ਵੀ ਤੁਹਾਨੂੰ ਮੈਂ ਪੁਆਇੰਟ ਦੱਸਦਾ ਹੁਣਾ ਤਾਂ ਪਲੀਜ਼ ਇਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰਨਾ ਹੈ ਬਾਕੀ ਜੇਕਰ ਤੁਸੀਂ ਆਪਣੇ ਕੋਲ ਨੋਟਸ ਲੈ ਲੈਂਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸਾਰਾ ਡਾਟਾ ਪ੍ਰੋਵਾਈਡ ਕਰਵਾ ਦਿੱਤਾ ਜਾਵੇਗਾ ਅੰਮ੍ਰਿਤਸਰ ਨੂੰ ਪੰਜਾਬ ਦਾ ਪਵਿੱਤਰ ਸ਼ਹਿਰ ਵੀ ਕਿਹਾ ਜਾਂਦਾ ਹੈ ਪੰਜਾਬ ਦਾ ਜਿਹੜਾ ਤੀਵਾ ਜ਼ਿਲ੍ਹਾ ਇਹ ਕਦੋਂ ਬਣਿਆ ਸੀ ਇੱਥੇ ਪੂਰੀ ਡੇਟ ਆਪਾਂ ਫਾਈਂਡ ਕਰਨੀ ਹੈ ਠੀਕ ਹੈ অপਸ਼ਨ ਤੁਹਾਡੇ ਸਾਹਮਣੇ ਨੇ ਤਾਂ ਪੰਜਾਬ ਦਾ ਤੀਵਾਂ ਜ਼ਿਲ੍ਹਾ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਹੈ ਤਾਂ ਪੰਜਾਬ ਦਾ ਤੀਵਾਂ ਡਿਸਟ੍ਰਿਕਟ ਹੈਗਾ ਮਲੇਰਕੋਟਲਾ ਠੀਕ ਹੈ ਮਲੇਰਕੋਟਲਾ ਜਿਹੜਾ ਜ਼ਿਲ੍ਹਾ ਹੈਗਾ ਤਾਂ ਇਹ ਕਾਂਗਰਸ ਸਰਕਾਰ ਦੇ ਵੱਲੋਂ ਐਲਾਨਿਆ ਗਿਆ ਸੀ ਇਹ ਐਲਾਨਿਆ ਗਿਆ ਸੀ 14 ਮਈ 21 ਨੂੰ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਬੀ ਪੰਜਾਬ ਦਾ ਤੀਵਾਂ ਜ਼ਿਲ੍ਹਾ ਹੈਗਾ ਮਲੇਰਕੋਟਲਾ ਐਂਡ ਪੰਜਾਬ ਦਾ ਜਿਹੜਾ ਤੀਵਾਂ ਜ਼ਿਲ੍ਹਾ ਹੈਗਾ ਮਲੇਰਕੋਟਲਾ ਠੀਕ ਹੈ ਤਾਂ ਇਸ ਨੂੰ ਕਿਹੜੇ ਜ਼ਿਲ੍ਹੇ ਤੋਂ ਲਾਗ ਕੀਤਾ ਗਿਆ ਸੀ ਤਾਂ ਸੰਗਰੂਰ ਜ਼ਿਲ੍ਹੇ ਤੋਂ ਇਸ ਨੂੰ ਬਣਾਇਆ ਗਿਆ ਸੀ। ਯਾਨੀ ਕਿ ਉਹਦਾ ਹਿੱਸਾ ਹੈ ਮਲੇਰਕੋਟਲਾ। ਨੈਕਸਟ ਆਪਣਾ ਕੁਸ਼ਨ ਹੈਗਾ ਲੋਧੀਆਂ ਦੇ ਆਉਣ ਨਾਲ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੋਂਦ ਦੇ ਵਿੱਚ ਆਇਆ? ਤਾਂ ਇੱਥੇ ਥੋੜੀ ਮਿਸਟੇਕ ਹੈ B ਨੰਬਰ ਆਪਸ਼ਨ ਮੈਂਸ਼ਨ ਨਹੀਂ ਕੀਤੀ ਵੀ। ਤਾਂ ਆਨਸਰ ਬਣੇਗਾ ਆਪਸ਼ਨ ਨੰਬਰ C ਯਾਨੀ ਕਿ ਸੋਰੀ ਬਠਿੰਡਾ ਆਪਣੇ ਕੋਲ ਵੀ ਨੰਬਰ ਆਪਸ਼ਨ ਸੀਗਾ ਆਨਸਰ ਇਹਦੇ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਸੀ। ਤਾਂ ਆਨਸਰ ਬਣੇਗਾ অপਸ਼ਨ ਨੰਬਰ ਸੀ ਐਂਡ ਕਿ ਲੁਧਿਆਣਾ ਲੋਧੀਆ ਦੇ ਆਉਣ ਨਾਲ ਪੰਜਾਬ ਦਾ ਕਿਹੜਾ ਡਿਸਟ੍ਰਿਕਟ ਹੋਣ ਦੇ ਵਿੱਚ ਆਇਆ ਤਾਂ ਲੁਧਿਆਣਾ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ ਸੀ ਇੱਥੇ கரੈਕਟ ਆਨਸਰ ਬਣੇਗਾ ਫਾਜ਼ਿਲਕਾ ਜਿਹੜਾ ਜ਼ਿਲ੍ਹਾ ਹੈਗਾ ਠੀਕ ਹੈ ਇਸ ਨੂੰ ਬੰਗਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਫਾਜ਼ਿਲਕਾ ਡਿਸਟ੍ਰਿਕਟ ਨੂੰ ਐਂਡ ਜੇਕਰ ਆਪਾਂ ਫਾਜ਼ਿਲਕਾ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਇਸ ਡਿਸਟ੍ਰਿਕਟ ਦੇ ਵਿੱਚ ਅਬੋਰ ਸ਼ਹਿਰ ਪੈਂਦਾ ਹੈ ਅਬੋਰ ਨੂੰ ਪੰਜਾਬ ਦੇ ਕੈਲੀਫੋਰਨੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਜਿਹੜਾ ਅਬੋਰ ਸ਼ਹਿਰ ਹੈਗਾ ਤਾਂ ਇੱਥੇ ਇਧਰ ਵਾਲੀ ਸਾਈਡ ਕਿਨੂਆ ਦੀ ਕਾਸ਼ਤ ਬਹੁਤ ਜ਼ਿਆਦਾ ਹੁੰਦੀ ਹੈ ਕਿਨੂਆ ਦੇ ਬਾਗ ਤੁਹਾਨੂੰ ਦੇਖਣ ਨੂੰ ਮਿਲਣਗੇ ਜੇਕਰ ਤੁਸੀਂ ਕਦੇ ਗਏ ਹੋ ਤਾਂ ਇਸ ਕਰਕੇ ਅਬੋਰ ਡਿਸਟ੍ਰਿਕਟ ਜਿਹੜਾ ਹੈ ਇਸ ਨੂੰ ਪੰਜਾਬ ਦੇ ਕੈਲੀਫੋਰਨੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੈਕਸਟ ਲੁਧਿਆਣਾ ਪ੍ਰੈਸ ਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਤਾਂ ਲੁਧਿਆਣਾ ਪ੍ਰੈਸ ਮਿਸ਼ਨ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ 1963 ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਨੈਕਸਟ ਕਿਸ ਨੂੰ ਸੁਲਤਾਨ ਉਲ ਕੌਮ ਕਿਹਾ ਜਾਂਦਾ ਹੈ ਨਵਾਬ ਕਪੂਰ ਸਿੰਘ ਮਹਾਰਾਜਾ ਰਣਜੀਤ ਸਿੰਘ ਜੱਸਾ ਸਿੰਘ ਆਲੂਵਾਲੀਆ ਚੰ ਬੰਦਾ ਸਿੰਘ ਬਹਾਦਰ ਤਾਂ ਸੁਲਤਾਨ ਉਲ ਕੌਮ ਕਿਹਾ ਜਾਂਦਾ ਹੈ ਜੱਸਾ ਸਿੰਘ ਆਲੂਵਾਲੀਆ ਨੂੰ ਸੀ ਬਿਲਕੁਲ ਇੱਥੇ ਸਹੀ ਆਨਸਰ ਬਣੇਗਾ ਆਪਸ਼ਨ ਪਰ ਸੀ ਇਸ ਤਰ੍ਹਾਂ ਨਵਾਬ ਕਪੂਰ ਸਿੰਘ ਨੇ ਤੁਹਾਨੂੰ ਪਤਾ ਹੈ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ ਦਲ ਖਾਲਸਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਨਵਾਬ ਕਪੂਰ ਸਿੰਘ ਨੇ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦਾ ਸ਼ੇਰ ਦੇ ਨਾਮ ਨਾਲ ਜਾਣਿਆ ਜਾਂਦਾ ਐਂਡ ਛੋਟੇ ਕੱਦ ਦਾ ਨਪੋਲੀਆ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਕਿਹਾ ਜਾਂਦਾ ਹੈ ਇਸ ਤਰ੍ਹਾਂ ਜਿੱਕਰ ਆਪਾਂ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ ਤਾਂ ਇਹਨਾਂ ਦਾ ਬਚਪਨ ਦਾ ਨਾਮ ਪੁੱਛਿਆ ਜਾਂਦਾ ਪੇਪਰ ਵਿੱਚ ਤਾਂ ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਮ ਸੀਗਾ ਲਸ਼ਮਣ ਦੇਵ ਠੀਕ ਆ ਲਸ਼ਮਣ ਦੇਵ ਐਡ ਬੰਦਾ ਸਿੰਘ ਬਹਾਦਰ ਨੂੰ ਗੁਰਬਖਸ਼ ਸਿੰਘ ਨਾਮ ਕਿਸ ਨੇ ਦਿੱਤਾ ਸੀ ਤਾਂ ਫਿਰ ਪੇਪਰ ਵਿੱਚ ਆਨਸਰ ਤੁਸੀਂ ਟਿਕ ਕਰਕੇ ਆਉਣਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਕਸਾ ਵਿਤਸਤਾ ਕਿਹੜੀ ਨਦੀ ਦਾ ਪੁਰਾਣਾ ਨਾਮ ਹੈ ਸਤਲੁਜ ਬਿਆਸ ਰਾਵੀ ਜਾਂ ਜੇਲਮ ਤਾਂ ਵਿਤਸਤਾ ਕਿਹੜੀ ਨਦੀ ਦਾ ਪੁਰਾਣਾ ਨਾਮ ਹੈ ਇਹ ਹੈਗਾ ਜੇਲਮ ਨਦੀ ਦਾ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਸਤਲੁਜ ਨੂੰ ਸ਼ਤੂਤਰੀ ਕਿਹਾ ਜਾਂਦਾ ਹੈ ਬਿਆਸ ਨੂੰ ਵਿਪਾਸਾ ਕਿਹਾ ਜਾਂਦਾ ਹੈ ਰਾਵੀ ਨੂੰ ਪਰੂਸ਼ਨੀ ਕਿਹਾ ਜਾਂਦਾ ਹੈ ਇਹ ਸਾਰੇ ਨਦੀਆਂ ਦੇ ਪੁਰਾਣੇ ਨਾਮ ਨੇ ਤਾਂ ਇਹਨਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਕਈ ਵਾਰ ਮੈਚ ਦੇ ਤੌਰ ਤੇ ਵੀ ਕਵੈਸ਼ਨ ਬਣ ਜਾਂਦਾ ਆਪਣੇ ਪੇਪਰ ਦੇ ਵਿੱਚ ਤੁਸੀਂ ਮੈਚ ਕਰਨੀਆਂ ਹੋਣਗੀਆਂ ਆਪਸ਼ਨ ਨੈਕਸਟ ਆਪਣਾ ਕੁਐਸਚਨ ਹੈ ਪੰਜਾਬ ਰਾਜ ਦੇ ਨਾਲ ਕਿੰਨੇ ਇੰਟਰਨੈਸ਼ਨਲ ਬਾਰਡਰ ਲੱਗਦੇ ਹਨ 4 3 2 ਜਾਂ 1 ਤਾਂ ਤੁਹਾਨੂੰ ਪਤਾ ਹੋਵੇਗਾ ਪੰਜਾਬ ਦੇ ਨਾਲ ਕੇਵਲ ਇੱਕ ਦੇਸ਼ ਦੀ ਹੱਦ ਲੱਗਦੀ ਆ ਪਾਕਿਸਤਾਨ ਦੀ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਠੀਕ ਹੈ ਪੰਜਾਬ ਨਾਲ ਕੇਵਲ ਪਾਕਿਸਤਾਨ ਦੀ ਹੀ ਹੱਤ ਲੱਗਦੀ ਆ ਇਸ ਤਰ੍ਹਾਂ ਆ ਪਾਕਿਸਤਾਨ ਦੇ ਨਾਲ ਪੰਜਾਬ ਦੇ ਟੋਟਲ ਛੇ ਡਿਸਟ੍ਰਿਕਟ ਲੱਗਦੇ ਹਨ ਕਿੰਨੇ ਲੱਗਦੇ ਹਨ ਛੇ ਡਿਸਟ੍ਰਿਕਟ ਲੱਗਦੇ ਹਨ ਤਾਂ ਇਹ ਪੁਆਇੰਟ ਤੁਸੀਂ ਧਿਆਨ ਵਿੱਚ ਰੱਖਣਾ ਹੈ ਚਾਹੇ ਤੁਸੀਂ ਇੱਥੇ ਕੁਸ਼ਨ ਪੜ੍ਹਿਆ ਵੀ ਹੋਇਆ ਬਟ ਜਦੋਂ ਪੇਪਰ ਦੇ ਵਿੱਚ ਇਹ ਕੁਸ਼ਨ ਬਣਦਾ ਤਾਂ ਬੱਚੇ ਅਕਸਰ ਹੀ ਕਨਫਿਊਜ਼ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਚਾਰ ਡਿਸਟ੍ਰਿਕਟ ਲੱਗਦੇ ਨੇ ਬਟ ਹਮੇਸ਼ਾ ਤੁਸੀਂ ਧਿਆਨ ਵਿੱਚ ਰੱਖਣਾ ਹੈ ਕਿ ਪਾਕਿਸਤਾਨ ਦੇ ਨਾਲ ਪੰਜਾਬ ਦੇ ਟੋਟਲ ਛੇ ਡਿਸਟ੍ਰਿਕਟ ਟੱਚ ਕਰਦੇ ਨੇ ਕਿੰਨੇ ਛੇ ਡਿਸਟ੍ਰਿਕਟ ਟੱਚ ਕਰਦੇ ਨੇ ਜਿਕਰ ਮੈਂ ਐਗਜ਼ਾਮਪਲ ਦੀ ਗੱਲ ਕਰ ਰਿਹਾ ਜਿਵੇਂ ਕਿ ਫਾਜ਼ਲਕਾ ਹੋ ਗਿਆ ਫਰੋਈਪੁਰ ਹੋ ਗਿਆ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਸਾਹਿਬ ਠੀਕ ਹੈ ਤਾਂ ਇਹ ਜਿਹੜੇ ਡਿਸਟ੍ਰਿਕਟ ਹਨ 21 ਦੇ ਨਾਲ ਲੱਗਦੇ ਹਨ ਪਾਕਿਸਤਾਨ ਦੇ ਨਾਲ ਟੱਚ ਹੁੰਦੇ ਨੇ ਤਾਂ ਇੱਥੇ ਡੀ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ ਨੈਕਸਟ ਆਪਣਾ ਕੁਐਸਚਨ ਹੈਗਾ ਮੁਹਾਲੀ ਸ਼ਹਿਰ ਦੇ ਸਥਾਪਕ ਕੌਣ ਮੰਨੇ ਜਾਂਦੇ ਹਨ ਤਾਂ ਇੱਥੇ ਜਦੋਂ ਐਦਾਂ ਦੀ ਤੁਹਾਡੇ ਸਾਹਮਣੇ ਆਪਸ਼ਨ ਆਉਣਗੇ ਪੇਪਰ ਦੇ ਵਿੱਚ ਤਾਂ ਤੁਸੀਂ ਕਨਫਿਊਜ਼ ਹੋ ਜਾਓਗੇ ਤਾਂ ਜਦੋਂ ਤੁਹਾਨੂੰ ਕੋਈ ਸਵਾਲ ਦਾ ਆਨਸਰ ਨਹੀਂ ਪਤਾ ਹੁੰਦਾ ਤਾਂ ਪਲੀਜ਼ ਉਸ ਨੂੰ ਤੁਸੀਂ ਨੋਟ ਜ਼ਰੂਰ ਕਰਨਾ ਹੈ ਠੀਕ ਹੈ ਆਨਸਰ ਬਣੇਗਾ অপਸ਼ਨ ਨੰਬਰ ਡੀ ਯਾਨੀ ਕਿ ਸਰਦਾਰ ਮਹਾ ਸਿੰਘ ਸਰਦਾਰ ਮਹਾ ਸਿੰਘ ਮੋਹਾਲੀ ਸ਼ਹਿਰ ਦੇ ਸਥਾਪਕ ਮੰਨੇ ਜਾਂਦੇ ਨੇ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਫਤਿਹ ਬੁਰਜ ਦੀ ਉਚਾਈ ਕਿੰਨੀ ਹੈ 100 ਮੀਟਰ 110 ਮੀਟਰ 90 ਮੀਟਰ ਜਾਂ 120 ਮੀਟਰ ਫਤਿਹ ਬੁਰਜ ਤੁਹਾਨੂੰ ਪਤਾ ਹੈ ਚੱਪੜਚੜੀ ਦੇ ਵਿੱਚ ਪੈਂਦੀ ਹੈ ਡਿਸਟ੍ਰਿਕਟ ਜਗਰ ਪੁੱਛ ਲਈ ਜਾਵੇ ਤਾਂ ਮੁਹਾਰੀ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ ਐਡ ਫਤੇਬ ਬੁਰਜ ਕਿਸ ਨੂੰ ਸਮਰਪਿਤ ਹੈ ਇਹ ਬੰਤਾ ਸਿੰਘ ਬਹਾਦਰ ਨੂੰ ਸਮਰਪਿਤ ਤਾਂ ਇਸ ਦੀ ਉਚਾਈ ਹੈਗੀ ਹੈ 100 ਮੀਟਰ ਇਹ ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ ਏ 100 ਮੀਟਰ ਇਸ ਤਰ੍ਹਾਂ ਜੇਕਰ ਫੋਟੋ ਦੇ ਵਿੱਚ ਉਚਾਈ ਪੁੱਛ ਲਈ ਜਾਵੇ ਤਾਂ 328 ਫੁੱਟ ਇਸ ਦੀ ਉਚਾਈ ਹੈ ਇਸ ਤਰ੍ਹਾਂ ਆਪਣਾ ਇੱਕ ਟੈਲੀਗ੍ਰam ਚੈਨਲ ਬਣਿਆ ਹੋਇਆ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤੀ ਗਈ ਹੈ ਉਸ ਨੂੰ ਤੁਸੀਂ ਜਰੂਰ ਜੁਆਇਨ ਕਰਨਾ ਹੈ ਉੱਥੇ ਤੁਹਾਨੂੰ ਕੁਝ ਪੀਡੀਐਫ ਵੀ ਪ੍ਰੋਵਾਈਡ ਕਰਵਾ ਦਿੱਤੀਆਂ ਜਾਂਦੀਆਂ ਨੇ ਠੀਕ ਹੈ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜਰੂਰ ਜੁਆਇਨ ਕਰਨਾ ਹੈ ਚੰਡੀਗੜ੍ਹ ਸ਼ਹਿਰ ਡਿਜ਼ਾਈਨ ਕਰਨ ਵਾਲੇ ਅਲਬਰਟ ਮੇਅਰ ਕਿੱਥੋਂ ਦੇ ਰਹਿਣ ਵਾਲੇ ਸਨ ਠੀਕ ਹੈ ਸਭ ਤੋਂ ਪਹਿਲਾਂ ਚੰਡੀਗੜ੍ਹ ਸ਼ਹਿਰ ਦਾ ਡਿਜ਼ਾਈਨ ਕੀਤਾ ਸੀ ਅਲਬਰਟ ਮੇਅਰ ਨੇ ਬਟ ਬਾਅਦ ਵਿੱਚ ਜਿਹੜਾ ਚੰਡੀਗੜ੍ਹ ਸ਼ਹਿਰ ਜਿਹੜਾ ਹੁਣ ਹੋਣ ਦੇ ਵਿੱਚ ਆਇਆ ਤਾਂ ਇਹਦਾ ਡਿਜ਼ਾਈਨ ਕੀਤਾ ਸੀ ਲੀ ਕਾਰਬੂਜ਼ੀਅਰ ਨੇ ਤਾਂ ਇਹ ਰਹਿਣ ਵਾਲੇ ਸਨ ਅਮਰੀਕਾ ਦੇ ਠੀਕ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ कंफ्यूज ਨਹੀਂ ਹੋਣਾ ਬੱਚੇ ਅਕਸਰ ਆਨਸਰ ਉਥੇ ਟਿਕ ਕਰ ਬੈਠਦੇ ਨੇ ਫਰਾਂਸ ਜੋ ਕਿ ਗਲਤ ਹੁੰਦਾ ਜੇਕਰ ਅਲਬਰਟ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਪੇਪਰ ਦੇ ਵਿੱਚ ਆਨਸਰ ਟਿਕ ਕਰ ਗੋਣਾ ਹੈ ਅਮਰੀਕਾ ਠੀਕ ਹੈ ਅਮਰੀਕਾ ਤੇ ਰਹਿਣ ਵਾਲੇ ਸਨ ਚੰਡੀਗੜ੍ਹ ਸ਼ਹਿਰ ਦਾ ਜਿਹੜਾ ਖੇਤਰਫਲ ਹੈ ਉਹ ਹੈ 114 ਵਰਗ ਕਿਲੋਮੀਟਰ ਇਹ ਵੀ ਪੇਪਰ ਦੇ ਵਿੱਚ ਕੁਸ਼ਨ ਬਣਦਾ ਹੈ ਤਾਂ ਧਿਆਨ ਵਿੱਚ ਤੁਸੀਂ ਜ਼ਰੂਰ ਰੱਖਣਾ ਹੈ ਨੈਕਸਟ ਚੰਡੀਗੜ੍ਹ ਸ਼ਹਿਰ ਦਾ ਅਧਿਕਾਰਿਕ ਯਾਨੀ ਕਿ ਅਫੀਸ਼ੀਅਲ ਜਾਨਵਰ ਕਿਹੜਾ ਐਨੀਮਲ ਕਿਹੜਾ ਨਿਯੋਲਾ ਬਿੱਲੀ ਕੁੱਤਾ ਜਾਂ ਬਾਂਦਰ ਤਾਂ ਚੰਡੀਗੜ੍ਹ ਜਿਹੜਾ ਸ਼ਹਿਰ ਹੈਗਾ ਠੀਕ ਹੈ ਤਾਂ ਇਹਦਾ ਅਧਿਕਾਰਿਕ ਜਾਨਵਰ ਹੈਗਾ ਨਿਯੋਲਾ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਇਸ ਤਰ੍ਹਾਂ ਆਫੀਸ਼ੀਅਲ ਬਰਡ ਪੁੱਛਿਆ ਜਾਵੇ ਤਾਂ ਆਂਸਰ ਪੇਪਰ ਦੇ ਵਿੱਚ ਟਿੱਕ ਕਰਨਾ ਹੈ ਗ੍ਰੇ ਹੌਰਨ ਬਿਲ ਠੀਕ ਹੈ ਗ੍ਰੇ ਹੌਰਨ ਬਿਲ ਆਫੀਸ਼ੀਅਲ ਵਰਡ ਹੈ ਇਸ ਤਰ੍ਹਾਂ ਆਫੀਸ਼ੀਅਲ ਐਨੀਮਲ ਮੈਂ ਤੁਹਾਨੂੰ ਦੱਸ ਚੁੱਕਿਆ ਮੈਂਗੂਜ਼ ਯਾਨੀ ਕਿ ਨਿਉਲਾ ਦੋਨੋਂ ਹੀ ਕੁਐਸਚਨ ਪੇਪਰ ਦੇ ਵਿੱਚ ਬੰਦੇ ਨੇ ਤਾਂ ਧਿਆਨ ਵਿੱਚ ਤੁਸੀਂ ਜ਼ਰੂਰ ਰੱਖਣਾ ਹੈ ਚੰਡੀਗੜ੍ਹ ਸ਼ਹਿਰ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਕੈਪੀਟਲ ਹੈਗੀ ਹੈ ਚੰਡੀਗੜ੍ਹ ਅੜਾ ਚੰਡੀਗੜ੍ਹ ਜਿਹੜਾ ਸ਼ਹਿਰ ਹੈ ਇਹ ਹੋਂਦ ਦੇ ਵਿੱਚ ਆਉਂਦਾ ਹੈ 1960 ਦੇ ਵਿੱਚ ਕਦੋਂ 1960 ਦੇ ਵਿੱਚ ਇਸ ਡੇਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਜੀ ਨੈਕਸਟ ਆਪਣਾ ਕੁਸ਼ਨ ਹੈਗਾ 16 ਨੰਬਰ ਜਲਿਆਂਵਾਲਾ ਬਾਗ ਦਾ ਉਦਘਾਟਨ ਕਦੋਂ ਹੋਇਆ ਸੀ ਸੋ ਇੱਥੇ ਗੱਲ ਕੀਤੀ ਚੱਰੀ ਹੈ ਜਲਿਆਂਵਾਲਾ ਬਾਗ ਦਾ ਜਿਹੜਾ ਉਦਘਾਟਨ ਹੈ ਇਹ ਹੁੰਦਾ ਹੈ 1951 ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ 1951 ਠੀਕ ਹੈ ਚਲਿਆਂ ਵਾਲਾ ਬਾਗ ਹੱਤਿਆਕਾਂਡ ਤੁਹਾਨੂੰ ਪਤਾ ਹੈ 13 April 1919 ਦੇ ਵਿੱਚ ਹੁੰਦਾ ਹੈ ਚਲਿਆਂ ਵਾਲਾ ਬਾਗ ਹੱਤਿਆਕਾਂਡ ਤਾਂ ਸਤਾਰਨ ਨੰਬਰ ਆਪਣਾ ਕੁਸ਼ਨ ਨਿਕਿਆ ਪਟਿਆਲਾ ਮੰਡਲ ਦੇ ਵਿੱਚ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਉਂਦੇ ਹਨ ਤੁਹਾਨੂੰ ਪਤਾ ਹੈ ਪੰਜਾਬ ਦੇ ਟੋਟਲ 5 ਮੰਡਲ ਨੇ ਜੋ 5 ਡਿਵੀਜ਼ਨਾਂ ਨੇ ਠੀਕ ਹੈ ਇੱਥੇ ਗੱਲ ਕੀਤੀ ਜਾ ਰਹੀ ਹੈ ਪਟਿਆਲਾ ਮੰਡਲ ਦੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਟੋਟਲ 5 ਮੰਡਲ ਹੈਗੇ ਨੇ ਯਾਨੀ ਕਿ 5 ਡਿਵੀਜ਼ਨਾਂ ਨੇ ਠੀਕ ਹੈ ਸਭ ਤੋਂ ਵੱਡੀ ਡਿਵੀਜ਼ਨ ਤੁਹਾਨੂੰ ਪਤਾ ਹੈ ਜਲੰਧਰ ਹੈਗੀ ਹੈ ਇਸ ਤੋਂ ਬਾਅਦ ਜੇਕਰ ਛੋਟੀ ਡਿਵੀਜ਼ਨ ਪੁੱਛ ਲਈ ਜਾਵੇ ਤਾਂ ਰੋਪੜ ਹੈਗੀ ਹੈ ਠੀਕ ਹੈ ਜੋ ਕਿ ਬਾਅਦ ਵਿੱਚ ਬਣੀ ਸੀ ਰੋਪੜ ਡਿਵੀਜ਼ਨ ਤਾਂ ਪਟਿਆਲਾ ਮੰਡਲ ਦੇ ਵਿੱਚ ਯਾਨੀ ਕਿ ਪਟਿਆਲਾ ਜਿਹੜੀ ਡਿਵੀਜ਼ਨ ਹੈਗੀ ਹੈ ਇਹਦੇ ਵਿੱਚ ਪੰਜਾਬ ਦੇ ਕਿੰਨੇ ਡਿਸਟ੍ਰਿਕਟ ਆਉਂਦੇ ਨੇ ਇਹ ਕੁਐਸਚਨ ਪੇਪਰ ਦੇ ਵਿੱਚ ਬਣ ਸਕਦਾ ਹੈ ਕਿਉਂ ਬਣ ਸਕਦਾ ਹੈ ਕਿਉਂਕਿ ਇਹਦੇ ਵਿੱਚ ਇੱਕ ਹੋਰ ਡਿਸਟ੍ਰਿਕਟ ਐਡ ਹੋ ਚੁੱਕਿਆ ਮਲੇਰ ਕੋਟਲਾ ਤਾਂ ਸੀ ਕਰੈਕਟ ਆਨਸਰ ਬਣੇਗਾ 7 ਠੀਕ ਹੈ ਪਟਿਆਲਾ ਮੰਡਲ ਦੇ ਵਿੱਚ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਉਂਦੇ ਨੇ 7 ਜ਼ਿਲ੍ਹੇ ਆਉਂਦੇ ਨੇ ਤਾਂ ਸੀ ਕਰੈਕਟ ਆਨਸਰ ਬਣੇ ਮਲੇਰ ਕੋਟੜਾ ਜ਼ਿਲ੍ਹਾ ਪਟਿਆਲਾ ਮੰਡਲ ਦੇ ਵਿੱਚ ਆਉਂਦਾ ਹੈ ਤਾਂ ਇਸ ਪੁਆਇੰਟ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਠੀਕ ਹੈ ਪੰਜਾਬ ਦੇ ਕੋਲ ਪੰਜ ਮੰਡਲ ਹਨ ਐਡ ਆਜ਼ਾਦੀ ਤੋਂ ਪਹਿਲਾਂ ਵੀ ਪੰਜਾਬ ਦੇ ਰੋਡਲ ਪੰਜ ਮੰਡਲ ਸਨ ਪੰਜਾਬ ਦੇ ਕਿਹੜੇ ਦੇਸੀ ਮਹੀਨੇ ਨੂੰ ਬਰਸਾਤੀ ਮਹੀਨਾ ਵੀ ਕਿਹਾ ਜਾਂਦਾ ਹੈ ਅਸੂਹਾੜ ਪਾਦੋਂ ਜਾਂ ਸਾਵਣ ਤਾਂ ਤੁਹਾਨੂੰ ਪਤਾ ਹੈ ਟੋਟਲ ਦੇਸੀ ਮਹੀਨੇ ਦੀ ਗਿਣਤੀ ਹੈਗੀ ਹੈ 12 ਪਹਿਲਾ ਮਹੀਨਾ ਪੇਪਰ ਵਿੱਚ ਬਹੁਤ ਪੁੱਛਿਆ ਜਾਂਦਾ ਹੈ ਕਿ ਦੇਸੀ ਮਹੀਨੇ ਦਾ ਜੋ ਡੇਸੀ ਕੈਲੰਡਰ ਹੈਗਾ ਨਾਨਕ ਸ਼ੈਕਲ ਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਾਵਣ ਜਿਹੜਾ ਮਹੀਨਾ ਹੈਗਾ ਤਾਂ ਇਸ ਨੂੰ ਬਰਸਾਤੀ ਮਹੀਨਾ ਵੀ ਕਿਹਾ ਜਾਂਦਾ ਹੈ। ਨੈਕਸਟ ਆਪਣਾ ਕੁਸ਼ਨ ਹੈਗਾ ਬਿਆਸ ਦਰਿਆ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚੋਂ ਦਾਖਲ ਹੁੰਦਾ ਹੈ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਾਂ ਰੋਪੜ ਤਾਂ ਜਿਹੜਾ ਬਿਆਸ ਦਰਿਆ ਹੈਗਾ ਜਿਸ ਦਾ ਪੁਰਾਣਾ ਨਾਮ ਹੈ ਵਿਪਾਸਾ ਤਾਂ ਇਹ ਐਂਟਰ ਹੁੰਦਾ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚੋਂ। ਹੁਸ਼ਿਆਰਪੁਰ ਪੰਜਾਬ ਦਾ ਇੱਕ ਅਜੀਹਾ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਵੱਧ ਲਿਟਰੇਸੀ ਰੇਟ ਵੀ ਹੈਗਾ ਐਂਡ ਲਿੰਗਨਬਾਤ ਵੀ ਸਭ ਤੋਂ ਵੱਧ ਹੈ ਹੁਸ਼ਿਆਰਪੁਰ ਦਾ। ਤਾਂ ਸੀ ਇੱਥੇ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਨੈਕਸਟ ਵਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਜਾਂ ਮੇਲ ਕਿੱਥੇ ਹੁੰਦਾ ਹੈ ਆਹ ਕੁਸ਼ਨ ਦਾ ਤੁਸੀਂ ਕੋਈ ਵੀ ਪੇਪਰ ਠਾ ਕੇ ਦੇਖੋ ਬਹੁਤ ਵਾਰ ਰਿਪੀਟ ਹੁੰਦਾ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਐਨ ਕੀ ਤਰਨ ਤਰਨ ਸਾਹਿਬ ਠੀਕ ਹੈ ਤਰਨ ਤਰਨ ਸਾਹਿਬ ਵਿਖੇ ਵਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹੁੰਦਾ ਜਾਂ ਮੇਲ ਹੁੰਦਾ ਠੀਕ ਹੈ ਇਹਨਾਂ ਦਰਿਆਵਾਂ ਦੇ ਮੇਲ ਹਰੀਕੇ ਪੱਤਨ ਵਿਖੇ ਹੁੰਦਾ ਠੀਕ ਹੈ ਇਹਨਾਂ ਦਾ ਆਮ ਦਾ ਮੈਲ ਕਿੱਥੇ ਹੁੰਦਾ ਹੈ ਹਰੀਕੇ ਪੱਤਨ ਵਿਖੇ ਹੁੰਦਾ ਹੈ ਜੇਕਰ ਤੁਹਾਡੇ ਸਾਹਮਣੇ ਆਪਸ਼ਨ ਤਰਨਤਨ ਸਾਹਿਬ ਨਾ ਹੋਵੇ ਉੱਥੇ ਆਪਸ਼ਨ ਹੋਵੇਗੀ ਫਰੋਇਪੁਰ ਠੀਕ ਹੈ ਤਾਂ ਉਹੀ ਤੁਸੀਂ ਆਨਸਰ ਟਿਕ ਕਰਨਾ ਹੈ ਬੜੇ ਜੇਕਰ ਤਰਨਤਨ ਐਂਡ ਫਰੋਇਪੁਰ ਦੋਨੋਂ ਆਪਸ਼ਨ ਦੇ ਵਿੱਚ ਹੋਣ ਤਾਂ ਤੁਸੀਂ ਪ੍ਰੈਫਰੈਂਸ ਦੇਣੀ ਹੈ ਤਰਨਤਨ ਸਾਹਿਬ ਨੂੰ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਆਪਣਾ ਕੁਐਸਚਨ ਹੈਗਾ ਹਾਂਜੀ ਪਾਕਿਸਤਾਨ ਦੇ ਨਾਲ ਪੰਜਾਬ ਦੀ ਕਿੰਨੇ ਕਿਲੋਮੀਟਰ ਦੀ ਹੱਦ ਲੱਗਦੀ ਹੈ ਸੋ ਪਾਕਿਸਤਾਨ ਜਿਹੜਾ ਦੇਸ਼ ਹੈਗਾ ਤਾਂ ਇਸ ਨਾਲ ਪੰਜਾਬ ਦੀ ਕਿੰਨੇ ਕਿਲੋਮੀਟਰ ਦੀ ਹੱਦ ਲੱਗਦੀ ਹੈ ਇਹ ਕੁਸ਼ਣ ਪੁੱਛਿਆ ਗਿਆ ਤਾਂ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ 553 ਕਿਲੋਮੀਟਰ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ 553 ਕਿਲੋਮੀਟਰ ਇਸ ਤਰ੍ਹਾਂ ਬ ਜੇਕਰ ਆਪਾਂ ਗੱਲ ਕਰੀਏ ਆਪਣਾ ਜਿਹੜਾ ਪੰਜਾਬ ਹੈਗਾ ਠੀਕ ਹੈ ਕਿਹੜੀ ਐਮੈਂਡਮੈਂਟ ਦੇ ਤਹਿਤ ਹੋਣ ਦੇ ਵਿੱਚ ਆਸੀਂ ਤਾਂ 18ਵੀਂ ਐਮੈਂਡਮੈਂਟ ਦੇ ਤਹਿਤ ਆਪਣਾ ਪੰਜਾਬ ਜਿਹੜਾ ਹੋਂਦ ਦੇ ਵਿੱਚ ਆਇਆ ਸੀ ਐਮੈਂਡਮੈਂਟ ਕਈ ਵਾਰ ਪੇਪਰ 'ਚ ਪੁੱਛ ਲਈ ਜਾਂਦੀ ਏ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿੱਕ ਕਰ ਜਾਣਾ 18ਵੀਂ ਐਮੈਂਡਮੈਂਟ ਤਾਂ ਇਹ ਸੀਗੀ ਆਪਣੇ 21 ਕੁਐਸਚਨ ਇਸ ਤਰ੍ਹਾਂ ਬਾ ਤੁਹਾਨੂੰ ਕਾਫੀ ਮੈਂ ਐਕਸਾ ਇਨਫੋਰਮੇਸ਼ਨ ਵੀ ਦਿੱਤੀ ਹੈ ਜਿਨ੍ਹਾਂ ਨੂੰ ਤੁਸੀਂ ਨੋਟ ਕਰਨਾ ਹੁੰਦਾ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਪਲੀਜ਼ ਯਾਰ ਆਪਣਾ ਕਾਪੀ ਪੈਨ ਜ਼ਰੂਰ ਕੋਲ ਰੱਖਿਆ ਕਰੋ ਜਿਹੜੀ ਵੀ ਚੀਜ਼ ਤੁਹਾਨੂੰ ਨਵੀਂ ਲੱਗਦੀ ਤਾਂ ਉਸ ਨੂੰ ਨੋਟ ਕਰ ਲੈਣਾ ਕਿਉਂਕਿ ਹਰੇਕ ਵੀਡੀਓ ਵਿੱਚ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲ ਸਕਦਾ ਹੈ ਐਂਡ ਆਪਾਂ ਵੀ ਕੋਸ਼ਿਸ਼ ਕਰੀਗਾ ਕਿ ਹਰੇਕ ਵੀਡੀਓ ਵਿੱਚ ਤੁਹਾਨੂੰ ਕੁਝ ਨਵਾਂ ਪ੍ਰੋਵਾਈਡ ਕੀਤਾ ਜਾਵੇ ਤਾਂ ਇਸ ਵੀਡੀਓ ਨੂੰ ਤੁਸੀਂ ਬਾਤ ਬਾਤ ਸ਼ੇਅਰ ਜ਼ਰੂਰ ਕਰਨਾ ਜਿੰਨੀ ਵੀ ਤੁਹਾਡੇ ਕੋਲ WhatsApp ਗਰੁੱਪ ਨੇ ਜਾਂ Telegram ਗਰੁੱਪ ਹੈ ਜਾਂ ਕੋਈ ਵੀ ਹੋਰ ਸਟੱਡੀ ਦੇ ਰਿਗਾਰਡਿੰਗ ਗਰੁੱਪ ਹੋਵੇ ਤਾਂ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਠੀਕ ਹੈ ਤਾਂ ਜੋ ਹਰੇਕ ਵਿਦਿਆਰਥੀ ਕੋਲ ਇਹ ਵੀਡੀਓ ਪਹੁੰਚ ਸਕੇ ਬਾਕੀ ਅੱਗੇ ਆਪਾਂ ਕਲਾਸਾਂ ਨੂੰ ਕੰਟੀਨਿਊ ਰੱਖਾਂਗੇ ਕਾਫੀ ਦਿਨਾਂ ਬਾਅਦ ਇਹ ਵੀਡੀਓ ਆਪਾਂ ਰਿਕਾਰਡ ਕਰਕੇ ਅਪਲੋਡ ਕਰਨ ਜਾ ਰਹੇ ਹਾਂ ਤਾਂ ਪਲੀਜ਼ ਯਾਰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਇੱਕ ਵਾਰ ਤੁਸੀਂ ਸ਼ੇਅਰ ਕਰਨਾ ਅੱਗੇ ਬੱਚਾ ਦੇਖੇ ਨਾ ਦੇਖੇ ਠੀਕ ਹੈ ਤੁਸੀਂ ਆਪਣੀ ਡਿਊਟੀ ਜ਼ਰੂਰ ਨਿਭਾਉਣੀ ਆ ਵੀਡੀਓ ਨੂੰ ਬਾਅਦ-ਬਾਅਦ ਸ਼ੇਅਰ ਜ਼ਰੂਰ ਕਰਨਾ ਐਂਡ ਜੇਕਰ ਹੈਲਪਫੁਲ ਲੱਗਦੀ ਤਾਂ ਲਾਈਕ ਵੀ ਤੁਸੀਂ ਕਰ ਸਕਦੇ ਜੀ ਬਾਕੀ ਟੈਲੀਗ੍ਰਾਮ ਚੈਨਲ ਦੇ ਨਾਲ ਜ਼ਰੂਰ ਜੁੜਨਾ ਉਸਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤੀ ਗਈ ਆ ਹੁਣੇ ਉਸ ਨੂੰ ਤੁਸੀਂ ਜੁਆਇਨ ਕਰੋ ਉੱਥੇ ਤੁਹਾਨੂੰ ਕੁਝ ਪੀਡੀਐਫ ਫ੍ਰੀ ਪ੍ਰੋਵਾਈਡ ਕਰਵਾ ਦਿੱਤੀਆਂ ਜਾਂਦੀਆਂ ਨੇ ਐਂਡ ਹਰੇਕ ਸਟੱਡੀ ਦੇ ਰਿਗਾਰਡਿੰਗ ਇਨਫੋਰਮੇਸ਼ਨ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਆ ਤਾਂ ਹੋਰ ਵੀਡੀਓਜ਼ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੀ ਪਲੇਲਿਸਟ ਤੁਸੀਂ ਜ਼ਰੂਰ ਚੈੱਕ ਕਰਨੀ ਆ ਉੱਥੇ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ